ਹਾਂਜੀ ਜੀ, ਸਾਰਿਆਂ ਨੂੰ ਗੁੱਡ ਮੋਰਨਿੰਗ ਜੀ। ਹੁਣ ਮੈਂ ਉੱਠ ਗਈ ਹਾਂ ਅਤੇ ਲੱਗੀ ਸੀ ਬਰੱਸ਼ ਕਰਨ, ਅਤੇ ਆਹ ਦੇਖੋ ਜੀ, ਇੱਧਰ ਸੁੱਤੇ ਪਏ ਨੇ, ਅਜੇ ਇੱਧਰ ਇੱਧਰ ਪਾਇਆ ਹੋਇਆ ਇਹਨਾਂ ਨੇ। ਪਤਾ ਨਹੀਂ ਕਦੋਂ ਉੱਠਣਾ ਵਾ, ਕਦੋਂ ਨਹੀਂ ਉੱਠਣਾ। ਹਾਂਜੀ, ਮੈਂ ਬਰੱਸ਼ ਕਰਨ ਲੱਗੀ ਹਾਂ ਅਤੇ ਤੁਸੀਂ ਸਾਰੇ ਜਾਣੇ ਉੱਠ ਦਿਓ, ਟਾਈਮ ਨਾਲ ਬਰੱਸ਼ ਕਰਿਆ ਕਰੋ। ਹਾਂਜੀ ਜੀ, ਮੈਂ ਚਾਹ ਬਣਾਉਣ ਦੀ ਪਈ ਹੈ, ਮੈਂ ਲੱਗੀ ਚਾਹ ਦੀ ਪੱਤੀ ਪਾਉਣ। ਠੀਕ ਆ, ਤੁਸੀਂ ਦੱਸਣਾ ਸਾਰਿਆਂ ਨੇ ਚਾਹ ਪੀ ਲਈ ਹੈ। ਮੇਰੇ ਸਾਹਿਬ ਜੀ ਤਾਂ ਪਾਠ ਕਰਦੇ ਪਏ ਨੇ, ਉਹ ਪਾਠ ਉਹਨਾਂ ਨੂੰ ਕਰ ਲਿਆ, ਫਿਰ ਉਹਨਾਂ ਨੂੰ ਮੈਂ ਚਾਹ ਦੇ ਕੇ ਆਵਾਂਗੀ ਅਤੇ ਆਪ ਵੀ ਪੀਵਾਂਗੀ। ਮੰਮੀ ਜੀ ਵਾਸ਼ਰੂਮ ਗਏ ਹੋਏ ਨੇ, ਹੁਣੇ ਉੱਠੇ ਸੀਗੇ, ਵਾਸ਼ਰੂਮ ਗਏ ਨੇ ਮੰਮੀ। ਚਾਹ ਤਾਂ ਸਾਡੀ ਆਲਰੇਡੀ ਰੈਡੀ ਹੋ ਹੀ ਚੁੱਕੀ ਹੈ, ਬਸ ਸਾਰੇ ਜਣੇ ਪੀਣ ਵਾਲੇ ਤਿਆਰ ਹੋ ਜਾਣ। ਠੀਕ ਆ, ਆਹ ਦੇਖੋ ਜੀ, ਕਿਆ ਕਮਾਲ ਦੇ ਕੰਮ, ਆਪਣੀ ਚਾਹ ਲੈਣ ਤੀ ਆ ਅਤੇ ਮੇਰਾ ਚੇਤਾ ਹੀ ਭੁਲਾਇਆ ਇਹਨਾਂ ਨੇ, ਪੀ ਵੀ ਲਈ ਚਾਹ। ਆਹ ਦੇਖੋ, ਕੱਪ ਵੇਖੋ, ਖਾਲੀ ਕਰ ਦਿੱਤਾ ਜੀ। ਆਹ ਦੇਖੋ ਜੀ, ਸਾਹਿਬ ਜੀ ਸਿਰ ਵਾਹੁਣ ਡੇ ਨੇ ਅਤੇ ਹੁਣ ਦੇਖੋ ਰੈਡੀ ਤਾਂ ਹੋ ਹੀ ਗਏ, ਨਾ ਲਿਆ ਇਹਨਾਂ ਨੇ, ਤਾਂ ਹੁਣ ਦੇਖੋ ਕੀ ਕਰਦੇ ਨੇ, ਕਿਹੜਾ ਕੰਮ ਕਰਦੇ ਨੇ। ਆਹ ਦੇਖੋ, ਅਸੀਂ ਚੱਲੇ ਹਾਂ ਅਤੇ ਗੱਡੀ ਵਿੱਚ ਬਹਿ ਗਏ ਨੇ ਸਾਹਿਬ ਜੀ, ਤੁਸੀਂ ਦੇਖ ਹੀ ਸਕਦੇ, ਸਟਾਰਟ ਕਰਨ ਲੱਗੇ ਗੱਡੀ। ਗੱਡੀ ਤਾਂ ਬਾਹਰ ਕੱਢ ਹੀ ਲਈ ਹੈ ਜੀ ਸਾਹਿਬ ਨੇ, ਘਰੋਂ ਤਾਂ ਅਸੀਂ ਤੁਰ ਹੀ ਪਏ ਹਾਂ, ਹਰ ਰਸਤੇ ਵਿੱਚ ਜਾਂਦੇ ਪਏ ਹਾਂ। ਚਾਟਾ ਸਾਹਿਬ ਰੋਡ ਦੇ ਨਾਲ ਸਰ ਗੁਰਦੁਆਰਾ ਸਾਹਿਬ ਹੈ, ਉੱਥੇ ਅਸੀਂ ਜਾਂਦੇ ਪਏ ਹਾਂ ਅਤੇ ਗੁਰਦੁਆਰਾ ਸਾਹਿਬ ਵੀ ਜਾ ਕੇ ਤੁਹਾਨੂੰ ਦਰਸ਼ਨ ਜ਼ਰੂਰ ਕਰਾਵਾਂਗੇ। ਆਹ ਦੇਖੋ ਜੀ, ਅਸੀਂ ਮਜੀਠਾ ਰੋਡ 'ਤੇ ਪਹੁੰਚ ਚੁੱਕੇ ਹਾਂ ਅਤੇ ਗੁਰਦੁਆਰੇ ਜਾ ਕੇ ਤੁਹਾਨੂੰ ਦਰਸ਼ਨ ਜ਼ਰੂਰ ਕਰਾਵਾਂਗੇ। ਠੀਕ ਆ, ਰਸਤੇ ਵਿੱਚ ਜਾਂਦੇ ਪਏ ਆ। Thank you.
आज गुरद्वारा साहब तुसी देख ही सकदे वेखो जी साहब जी हाथ धोंदे पए ने टूटी लगी हुई तुसी वेख सकदे लो जी महाराज दे दर्शन कराने तुहानू आ वेखो अंदरों महाराज का स्वरूप जिथे बाबा जी पाठ करदे पए अंदरों बहुत ही वधिया बनाया गया गुरद्वारा साहब है नारंगसर छेहरता रोड ते पिंदा जे गुरद्वारे साहब जी ते इतने दर्शन कर ही रहे हैं हुण असीं वापस चलदे हैं घर हुण असीं अपने घर वापस जांदे पए हैं गुरद्वारा साहब जी ते इतने दर्शन कर ही रहे हैं तुसीं वी वैसे कर ही लए हुणे दर्शन